Vas. ਅਸੀਂ ਐਫ ਆਈ ਆਰ ਨੰਬਰ 72-455-300 ਸੀ ਆਈ ਪੀ ਸੀ ਦੀ ਦਰਜ ਕੀਤੀ ਹੈ। ਇਹ ਰੋਹਿਤ ਕੁਮਾਰ ਦੇ ਬਿਆਨ 'ਤੇ ਕੀਤੀ ਹੈ ਜੀ। ਦੋ ਮੁਲਜ਼ਮਾਂ ਦੇ ਵਿਰੁੱਧ ਆ, ਦੇਸਾ ਸਿੰਘ ਅਤੇ ਪ੍ਰਦੀਪ ਸਿੰਘ। ਇਹਨਾਂ ਨੂੰ ਅਰੈਸਟ ਕਰ ਲਿਆ, ਉਹਨਾਂ ਤੋਂ 35 ਡੱਬੇ ਚੀਨੀ ਟੈਲਾਂ ਦੇ ਅਤੇ 10 ਕੱਟੇ ਸੀਮਿੰਟ ਦੇ ਬਰਾਮਦ ਕੀਤੇ ਆ। ਇਹ ਦੋ ਵਾਰ ਵਾਰ ਆਪਣੇ ਇੱਥੇ ਸੀਮਿੰਟ ਸਟੋਰ ਬਣਿਆ, ਟੈਲਾਂ ਵਗੈਰਾ ਸਾਰਾ ਸਮਾਨ ਵੇਚਦੇ ਆ, ਉੱਥੋਂ ਇਹ ਥੋੜ੍ਹਾ ਥੋੜ੍ਹਾ ਚੋਰੀ ਕਰਦੇ ਰਹਿੰਦੇ ਸੀ। ਇਹ ਹੁਣ ਕੱਲ੍ਹ ਮੁਕੱਦਮਾ ਦਰਜ ਕਰਕੇ ਇਹਨਾਂ ਤੋਂ ਇਹ ਸਮਾਨ ਬਰਾਮਦ ਕੀਤਾ। ਅੱਜ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕਰਾਂਗੇ, ਇਹਨਾਂ ਕੋਈ ਹੋਰ ਵੀ ਸਮਾਨ ਕਾਫੀ ਬਰਾਮਦ ਕੀਤਾ। ਜੇ ਇੱਕ ਮੁਕੱਦਮਾ ਹੋਰ ਦਰਜ ਕੀਤਾ ਸੀ, ਸ਼ੇਰ ਚੰਦ ਪੁੱਤਰ ਮੋਹਨ ਲਾਲਾ, ਜੰਮੂ ਬਸਤੀ ਦਾ ਰਹਿਣ ਵਾਲਾ, ਇਹਦੇ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਹ 'ਤੇ ਵੀ ਮੁਕੱਦਮਾ ਨੰਬਰ 70 ਦਰਜ ਕਰਤਾ, ਇਹਨੂੰ ਵੀ ਪੇਸ਼ ਕਰਕੇ ਰਿਮਾਂਡ ਲੈ ਰਹੇ ਹਨ। ਦੋਨਾਂ ਕਿਸਮ ਦੇ ਵਿੱਚ ਹੋਰ ਬਰਾਮਦ ਵੀ ਹੋਣ ਦੀ ਸਵਾਲ ਜੀ। ਚੋਰੀ ਦਾ ਅਤੇ ਇੱਕ ਨਸ਼ਾ। ਸਰ ਪਹਿਲਾਂ ਵੀ ਇਹਨਾਂ 'ਤੇ ਕੋਈ ਮਾਮਲੇ ਦਰਜ ਆ ਜੀ? ਪਹਿਲਾਂ ਪੁੱਛਗਿੱਛ ਜਾਰੀ ਆ, ਰਿਕਾਰਡ ਚੈੱਕ ਕਰ ਲੈਂਦੇ ਹਾਂ। ਇੱਥੇ ਤਾਂ ਹੈ ਨਹੀਂ, ਕਿਸੇ ਹੋਰ ਥਾਣਾ 'ਚ ਹੋਏ ਤਾਂ ਪਤਾ ਕਰ ਲੈਂਦੇ। ਠੀਕ ਸਰ।